सत श्री अकाल दोस्तों, मैं जगजीत नंगल तुहाडा स्वागत करदा सिद्क डेयरी फार्मिंग दे विच। किसान वीरों, अज जिहड़ी वीडियो बना रहे हैं पिंड तलवंडी नपाला, इहनू तहसील जीरा पैंदी है, जिला जिहड़ा हैगा वह फिरोजपुर है, नेड़े शहर इहदे मखू रह जांदा। सो तलवंडी नपालां दे विचों आपां वीडियो बना रहे हैं। वीडियो पहलां भी बाई कोलों बहुत बनाईआं, क्योंकि बाई वपार दा काम करदा, एच एफ गावां मोस्टली इत्थे विक्री वालियां आउंदियां। गावां जिहड़ियां इदां दियां आउंदियां वी हरेक गाहक दी पसंद दियां आउंदियां, घट रेट वाले वास्ते साफ सुथरी घट रेट वाली गां, ते जे कोई चंगी पेमेंट इनवैसट कर सकदा ते उहदे लई टॉप दी ब्रीड फार्मां दे विचों गावां आउंदियां वीर कोल। अज दी वीडियो च पंज नग तुहानूं दिखाऊंगा। शुरुआत च बेनती कर दिंदा दोस्तो, जिहड़ा भी पशु तुसीं खरीदना तुहाडा हक आ के तुसीं तसल्ली करो, मेरा काम सिर्फ तुहानूं वीडियो दिखाउण दा। हाँ, यह है भी वीडियो के माध्यम नाल तुहानूं हरेक एंगल तो पशु जरूर मैं जिहड़ा उह दिखाउणा है। सो अज दी वीडियो च पंज नग दिखाऊंगा। रेट बाई दसदा सी वी आपां वीडियो च कर देंगे, सो अज पंज नग रेट वीडियो च होणगे। तुहानूं जिहड़ी गां पसंद आई आके तसल्ली करो, जे ते आपदी तसल्ली ना खरीदो। आओ बाई नाल गल्लबात करदे हां। ਸਤਨਾਮ ਬਾਈ, ਸਤਿ ਸ਼੍ਰੀ ਅਕਾਲ। ਅੱਛਾ ਬਾਈ, ਅੱਜ ਆਪਾਂ ਪੰਜ ਨਾਗ ਦਿਖਾਵਾਂਗੇ, ਹੈ ਨਾ? ਹਾਂਜੀ। ਸ਼ੁਰੂਆਤ ਆਪਾਂ ਕਾਲੀ ਵਹਿੜ ਤੋਂ ਕਰਦੇ ਆਂ। ਹਾਂਜੀ। ਦੰਦੋ ਕਿਵੇਂ ਆ ਤੇ ਕਿੰਨਵਾਂ ਸੂ ਆ? ਇਹ ਜਗਜੀਤ ਵੀਰੇ ਖੀਰੀ ਵਹਿੜ ਆ। ਦੰਦੋ ਖੀਰੀ ਆ? ਹਾਂਜੀ। ਪਹਿਲਾ ਸੂ ਆ? ਪਹਿਲਾ ਸੂ। ਦਿਨ ਕਿੰਨੇ ਹੋਏ ਸੂਈ ਨੂੰ? ਇਹਨੂੰ ਅੱਜ ਤੀਜਾ ਦਿਨ ਆ। ਤੀਜਾ ਦਿਨ? ਹਾਂਜੀ। ਇਸ ਟਾਈਮ ਦੁੱਧ ਕਿੰਨਾ ਹੋਊਗਾ? 15 ਲੀਟਰ 16 ਲੀਟਰ ਕੋਈ ਦੋ ਟਾਈਮ ਚਵਾਈ ਕਰਕੇ ਲੈ। ਇਹ ਚਵਾਈ ਕਰ ਸਕਦਾ ਹੈਗਾ। ਹਾਂਜੀ। ਅੱਛਾ, ਇਹਦੇ ਨਾਲ ਬੱਚਾ ਕੀ ਹੈ ਸਤਨਾਮ ਬਾਈ? ਇਹਦੇ ਮਗਰ ਵੱਛੀ ਆਈ। ਵੱਛੀ ਆ, ਠੀਕ ਹੈ। ਰੇਟ ਇਹਦਾ ਕੀ ਰੱਖਾਂਗੇ? ਰੇਟ 85,000 ਦੀ ਦੇ ਦੇਵਾਂਗੇ ਜੀ। ਠੀਕ ਹੈ, ਖੋਲੀ ਬਾਈ ਇਹਨੂੰ। ਸੋ ਦੋਸਤੋ, 85,000 ਦੀ ਵਹਿੜ ਮਿਲੂਗੀ। ਖੀਰੀ ਹੈ ਦੰਦੋਂ, ਮੀਡੀਅਮ ਹਾਈਟ 'ਚ ਆ, ਕਿਉਂਕਿ ਉਮਰ ਛੋਟੀ 'ਚ ਸੂਈ ਹੈ, ਹਾਈਟ ਕਰੂਗੀ, ਦੰਦਾਂ ਦੇ ਹਿਸਾਬ 'ਤੇ ਪਸ਼ੂ ਦੀ ਉਮਰ ਦਾ ਪਤਾ ਲੱਗਦਾ। ਖੀਰੀ ਵੱਛੀ ਹੈ ਤਾਂ ਇਹਦਾ ਮਤਲਬ 2 ਸਾਲ ਦੇ ਆਸ ਪਾਸ ਦੀ ਏਜ ਦੇ ਵਿੱਚ ਇਹ ਸੂਈ ਹੈ। ਹਵਾਨਾ ਬਹੁਤ ਚੰਗਾ ਦਿਖਾਉਂਦੀ ਹੈ, ਨਾਲ ਬੱਚਾ ਫੀਮੇਲ ਕਾਫ ਆ, ਵੱਛੀ ਹੈ। 85,000 ਰੇਟ, ਥਨ ਦਾ ਸਹਿਜ, ਹੱਥੀਂ ਚਵਾਈ ਵਾਲਾ ਵੀ, ਤੇ ਹਵਾਨਾ ਅਗਾੜੀ ਵੀ ਚੰਗੀ ਆ। ਫਾਰਮ ਵਾਲਾ ਢਾਂਚਾ ਦੋਸਤੋ, ਵਹਿੜ ਦਾ ਪਸੰਦ ਆਊਗੀ, ਉਮੀਦ ਹੈ ਚੰਗੀ ਲੱਗੂਗੀ ਤੁਹਾਨੂੰ, ਤੇ ਤੁਸੀਂ ਖਰੀਦੋਗੇ। ਜਿਹਨੂੰ ਜਚੂ ਉਹਨੇ ਸੌਦਾ ਬਾਈ ਨਾ ਕਰਨਾ, ਤਸੱਲੀ ਤੁਸੀਂ ਕਰਨੀ ਆ ਕੇ 16 ਕਿਲੋ 15 ਕਿਲੋ ਇਸ ਟਾਈਮ ਇਹਦੇ ਥੱਲੇ ਦੁੱਧ ਹੈਗਾ, ਤੀਜੇ ਦਿਨ ਲੀਟਰਾਂ ਦੇ ਵਿੱਚ ਵੀਰ ਨੇ ਦੱਸਿਆ, ਬਾਕੀ ਤੁਸੀਂ ਆ ਕੇ ਉਹਦੀ ਮਿਹਨਤੀ ਕਰ ਸਕਦੇ ਹੋ। ਚੰਗਾ ਦੁੱਧ ਪਾਊਗੀ ਦੋਸਤੋ, ਬਰੀਡ ਵਾਈਜ਼ ਚੰਗੀ ਦਿਸਦੀ ਹੈ, ਢਾਂਚਾ ਬਹੁਤ ਸੋਹਣਾ, ਤੇ ਜਿਹੜਾ ਥਣ ਦਾ ਸਹਿਜ ਹੈ, ਹਜੇ ਇਹਨੇ ਕੱਢਣਾ ਕਿਉਂਕਿ ਭਲੂਣ ਚ ਹਵਾਨਾ ਦਿਸਦਾ, ਪਰ ਥਣ ਸੋਹਣੇ ਆ, ਚਾਰੇ ਨਿਖੜਵੇ ਆ, ਅੱਗੇ ਨੂੰ ਵੀ ਹਵਾਨਾ ਕਾਫੀ ਚੰਗਾ। 150 ਨੰਬਰ 150 ਨੰਬਰ ਟੈਗ ਇਹਦੇ ਕੰਨ ਚ ਪਾਇਆ। ਇਹਦੂ ਬਾਅਦ ਚ ਡੱਬੀ ਵਹਿੜ ਹੈ, ਇਹ ਵੀ ਸੂਈ ਸਵਾਈ ਹੈ। ਸਤਨਾਮ ਬਾਈ, 2 ਨੰਬਰ ਵਾਲੀ ਵਹਿੜ ਕਿੰਨਵਾਂ ਸੂ ਹੈ? ਇਹ ਪਹਿਲੇ ਸੂਏ ਸੂਈ ਹੈ ਵੀਰੇ, 4 ਦਿਨ ਦਾ ਮੂੰਹ। ਦਿਨ ਇਹਨੂੰ ਕਿੰਨੇ ਹੋਏ ਬਾਈ? ਇਹਨੂੰ ਅੱਜ ਚੌਥਾ ਦਿਨ ਹੈ ਜੀ। ਚੌਥਾ ਦਿਨ, ਇਹਦੇ ਥੱਲੇ ਹੁਣ ਦੁੱਧ ਕਿੰਨਾ ਹੋਊਗਾ? 18-20 ਲੀਟਰ ਤਿਆਰ ਹੈ ਜੀ। ਯਾਨੀ 18 ਲੀਟਰ ਤੋਂ ਬਾਹਰ ਇਸ ਟਾਈਮ ਹਾਜ਼ਰ। 18 ਲੀਟਰ ਤੋਂ ਬੱਚਾ ਇਹਦੇ ਨਾਲ ਕੀ ਹੈ ਬਾਈ? ਇਹਦੇ ਮਗਰ ਵੀ ਬੱਚੀ ਹੈ ਜੀ। ਇਹਦਾ ਰੇਟ ਕੀ ਰੱਖਿਆ? ਇਹ ਦੇ ਦਿਆਂਗੇ 1,15,000 ਦੀ। ਠੀਕ ਹੈ, ਖੋਲੀ ਬਾਈ ਦੋਸਤੋ, 4 ਦਿਨ ਦਾ ਬੱਚਾ, ਇਹਦੇ ਨਾਲ ਵੀ ਫੀਮੇਲ ਕਾਫ ਆ, ਵੱਛੀ ਨੂੰ ਇਹਨੇ ਜਨਮ ਦਿੱਤਾ। ਇਹਦੀ ਬਰੀਡ ਤੁਸੀਂ ਦੇਖੋਗੇ, ਪਸੰਦ ਤੁਹਾਨੂੰ ਆਊ। ਪਹਿਲਾ ਸੂਆ, 4 ਦੰਦ, ਚੌਥੇ ਦਿਨ 18 ਲੀਟਰ ਤੋਂ ਬਾਹਰ ਦੁੱਧ ਹਾਜ਼ਰ ਹੈ। ਹਵਾਨੇ ਦੀ ਖਾਸੀਅਤ ਜਿਹੜੀ ਮੈਨੂੰ ਦੱਸਦੀ ਹੈ, ਉਹ ਧੁੰਨੀ ਕੋਲੋਂ ਸ਼ੁਰੂਆਤ ਹੈ ਤੇ ਪਿਛਾਂ ਤੱਕ ਆਉਂਦਾ, ਬੜਾ ਸੋਹਣਾ ਗੁੰਦਵਾਂ ਹਵਾਨਾ, ਪੱਟਾਂ ਦੇ ਵਿੱਚ ਖੁੱਚਾਂ ਤੋਂ ਉੱਤੇ ਸਮਾਪਤ ਹੁੰਦਾ। ਦੋਸਤੋ, ਬੱਚੇ ਇਹਨਾਂ ਦੇ ਅੰਦਰ ਵੱਧੇ, ਉਹਦੇ ਕਰਕੇ ਥੋੜਾ ਜਿਹਾ ਖਿੱਚ ਬੱਚਿਆਂ ਦੀ ਗਾਂ ਕਰਦੀ ਸੀ, ਪਰ ਤੁਹਾਨੂੰ ਇਹਦਾ ਹਵਾਨਾ ਦਿਖਾਉਣਾ ਜਿਹੜੀ ਗੱਲ ਬਾਈ ਕਹਿ ਰਿਹਾ ਸੀ। ਵਾਕਈ ਆਰਡਰ ਦੀ ਬਣਾਵਟ ਬੜੀ ਚੰਗੀ ਹੈ। ਹੋਰ ਗੱਲ ਹੈ, ਹਵਾਨਾ ਪਿਛਾਂ ਨੂੰ ਤਾਂ ਬਹੁਤ ਸੋਹਣਾ ਦਿਸਦਾ, ਤੇ ਪਰ ਇਹਦੀ ਜਿਹੜੀ ਖਾਸੀਅਤ ਮੈਨੂੰ ਦਿਸਦੀ ਹੈ, ਉਹ ਅਗਲੇ ਥਣ ਤੋਂ ਅੱਗੇ ਇਹਨੂੰ ਹਵਾਨਾ ਨੋਟ ਕਰਿਓ ਜੀ। ਸੋ 4 ਦੰਦ ਪਹਿਲਣ ਵੈੜ ਹੈ, 1,15,000 ਰੇਟ ਹੈ, ਪਸੰਦ ਤੁਹਾਨੂੰ ਆਊ, ਕਿਉਂਕਿ ਇਹਦੇ ਨਾਲ ਬੱਚਾ ਵੀ ਜਿਹੜਾ ਉਹ ਫੀਮੇਲ ਕਾਫ ਹੈ। ਇਹਦੂ ਅੱਗੇ ਇੱਕ ਹੋਰ ਵੈੜ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸਤਨਾਮ ਬਾਈ, ਜਿਹੜੀ 3 ਨੰਬਰ ਤੇ ਵੈੜ ਖੜੀ ਦਿਸਦੀ ਹੈ, ਇਹ ਗੱਬਣ ਆ, ਦੂਜੇ ਸੂਏ ਸੁਣੀ ਹੈ ਵੀਰੇ? ਦੂਜਾ ਸੂਆ ਸੂਗੀ, ਗੱਬਣ ਇਸ ਟਾਈਮ, ਦਿਨ ਕਿੰਨੇ ਲੈਂਦੀ ਹੈ? ਇਹ ਦੇਖੋ, ਮਾਲਕਾਂ ਦੇ ਕਹਿਣ ਦੇ ਮੁਤਾਬਕ ਤਾਂ ਇਹਦਾ 10 ਦਿਨ ਰਹਿੰਦੀ ਆ, ਕਈ ਵਾਰ ਪਹਿਲਾਂ ਵੀ ਸੂ ਪੈਂਦੀ ਆ ਗੱਡੀ 'ਚ ਲਿਆਉਣ ਨਾਲ, ਖਾਣ ਪਾਣ 'ਚ। ਸਹੀ ਆ, ਇਹਦਾ ਰੇਟ ਕੀ ਰੱਖਾਂਗੇ ਬਾਈ? ਇਹ 95,000 ਦੀ ਦੇ ਦਿਆਂਗੇ ਜੀ। ਤੋਰੀ ਬਾਈ ਦੋਸਤੋ, 95,000 ਦੀ ਵਹਿੜ ਮਿਲੂਗੀ, ਦੂਜਾ ਸੂਆ, ਦਿਨ ਅੰਦਾਜ਼ਾ ਵੀ ਹੋ ਸਕਦਾ 10 ਵੀ ਲੈ ਜੇ, ਪਰ ਬਾਈ ਦੱਸਦਾ ਵੀ ਗੱਡੀ 'ਚ ਆਉਣ ਨਾਲ ਸਫ਼ਰ ਕਰਕੇ ਜਦੋਂ ਪਸ਼ੂ ਆਉਂਦਾ ਤਾਂ ਕਈ ਵਾਰ ਪਹਿਲਾਂ ਵੀ ਸੂ ਪੈਂਦਾ, ਸੋ ਉਹ ਚੀਜ਼ ਤੁਸੀਂ ਧਿਆਨ 'ਚ ਰੱਖ ਲਿਓ ਜੇ। ਹਵਾਨਾ ਜਿਹੜਾ ਉਹ ਚੰਗਾ ਦਿਸਦਾ, ਸਰੀਰਕ ਬਣਤਰ ਉਹ ਤੁਸੀਂ ਇਹਦੀ ਦੇਖ ਸਕਦੇ ਹੋ, ਮੈਂ ਪਰਲੀ ਸਾਈਡ ਤੋਂ ਵੀ ਹਵਾਨਾ ਦਿਖਾ ਦਿੰਦਾ।
थोड़ा जा पशु डर जाता हवाना पछाण भी चंगा दसो दिसदा इतों देख सकते हो तुसीं थन दा सहज भी एदा सोहना है तो इदां दा इहदा रंग रूप इहदा ढांचा है वह तुसीं वीडियो चो क्लीयर देख रहे हो। सो यह दूजा सूआ वैड़ा दसो 95,000 इहदा रेट है आके देखना थोड़ा हक तसली करनी है तुसीं हरेक पक्ष तो मेरा काम थोनू दोनों पासों तो थोनू इस वैड़ नू भी दिखा देना। सो इदां दी इह वैड़ा दसो रेट इहदा 95,000 है हवाना हुण भी तुसीं देखोगे अगे नू भी चंगा पछाण नू भी सोहना हवाना। सो इह तों अगे एक होर वैड़ थोनू दिखाउणा ब्लैक कलर दे विच फिक्स हवाने की है हवाना खड़ी का देखो क्योंकि यह जो फार्मा चो आ जो बन के तोरद उदो भज नस कर दें इतों हवाना तुम देख सकते हो। सतनाम भाई कहना सूह सुन ये दूजे सूए सुनी जगजीत भीरे किन्ने दिन ले जूगी ये रेंदे अजे हफ्ता तो पहला भी सू सकती है जी सही है यानी 5-4 दिन बजे सू पूगी लगता है ना ठीक है रेट का की रखा ये 1.5 लाख की दे देंगे ठीक है। सूआ यह दूजा दस्या हाँ जी 36-37 लीटर दुध पलून ने चवाया जितों आप जो फार्म चो ले उन्होंने दसिया ठीक है। सो दोस्तों दूजा सूआ लिया बी 1.5 लाख रुपया डिमांड है हवाना जोड़ा बहुत सोहना है बाकी जो तुरू उदो ढांचा दिस जू एक सैड से 48 नंबर टैग है चंगा ढांचा हवाना पट्टा दे सन च पूरा फिक्स है 5-4 दिन लगता भी ये गां लूगी हालांकि तैयारी अज भी सोहनी दिसदी है रेट वीडियो च करवाते हैं ताकि जिन्हें पशु खरीदना उन्होंने आसानी रहे इस करके रेट वीडियो च किते है वो देख सकते हो तुसीं इहदी शरीरक बनतर दसो थन दा सहज कद काठ वो तुहाडे सामने है हवाने की जिहड़ी चढ़ाई वीर दस रहा तो तुहानूं दिसूगी भी दसो चंगा चौड़ा हवाना फिक्स है पट्टा दे सन च ही है हजे दिन लऊगी तो होर इन्हें हवाना भरना है इस टाइम कच्ची वैड तुसीं देख रहे हो पर बहुत सोहनी तैयारी दे विच है। सो ये दसो इस ग्रुप के एक थोनू बहुत सोहनी हरेक पक्ष तो बहुत चंगी दिसदी जी वैड दिखा रहे हैं। सतनाम भाई इदू बाद लास्ट उत्ते एक चंगे कद काठ की वैड दिखाई है कहनवा सूआ सूई है ये दूजे सूए सूनी है जी 6 दांदा हजे सूण वाली सूई हुई है सूई है किन्ने दिन हो गए अज सूई इनू अज दूजा ही देना ठीक है अंदाजा जा बौला किन्ना होगा स्टार्टिंग ये जगजीत वीरे 10 दिन पहला सू पी आ कल तां इहदे थले 5 किलो ही सी इक टाइम दा अच्छा अज सुबह 13 किलो कढ़िया जी ठीक है जानी दुध तो चंगा दो ब्रीड वाइज चंगी है पर 10 दिन पहला सूई है हाँ जी अच्छा एदा बच्चा की है एदे मगर बच्ची है जी बहुत सही है बच्चा मतलब 10 दिन दी पहला सूई हाँ जी रेट एदा सतनाम भाई की रखा ए वीरे किसी ना गल चलदी अपना जे तां सौदा हो गया ठीक है ना हो गया तो फिर आपां कर लांगे गल चलदी जेहड़ा फोन लाऊगा तो उहनूं दस देंगे हाँ जी ते नहीं ये लगभग एदा डील डन होई भी हाँ जी हाँ जी ठीक है। सो दोस्तों दूजा सूआ सौदा लगभग ये मनो भी एदा होया वा पर बई दसदा भी वीडियो च दिखा दें जे पसंद आए तो रेट जो तुम पुछ लो जो वीर तो जे ना विकी जे वहगी तो जेडे घर जाऊगी वो किस्मत आ भी वह तो कि दुध चाहता है कद काठ सारिया गावों तो व्डा है हवाना यदा बहुत सोहना तोरद गए बई बच्चा ये भी वछी अज 3 गावान सूईया सवाइया दिखाइया तिना फीमेल काफ है वछियाँ का प्लस पॉइंट यह रहा भी सही जे तुम केयर करते हो तो 18 to 20 महीनों की वछी गां बन जाती है दुध तो आ जाती है चंगे ढांचे की है फार्म की गां उहदे करके थोड़ी तेजी तो इन्हें करनी है यदा हक बनता है शरीरक ढांचा ही इन्हों का इदा का होंगे इन्हों च ताकत होंगी है हवाना यदा भी बहुत सोहना 10 दिन पहला वीर दसदा है सूई है आपदे जिहड़ा वह टाइम तो यदि प्री मच्योर इस पक्ष तो मना गए भी इन्हें डिलीवरी नूं जन्म दिता पर दुध जिहड़ा वह स्टार्टिंग चंगी करनी है तो चंगे कद काठ दी है लै चल बई। सो यह दूजा सूआ लास्ट उत्ते थोनू गां दिखा रहा जिन्हों जचे कॉल कर लो जो नंबर स्क्रीन पर है यदा रेट वीर ने फोन पर रखा क्योंकि सौदा लगभग होया वै पर थोनू वीडियो च इसलिए दिखाती तो तीन ये संबंधी गल जरूर कर सकते हो क्योंकि नहीं उस वीर ने फैट आँगी सौदा नहीं सिरे चढ़ता तो तुम खरीद सको जो पसंद आए। सो अज की वीडियो से 5 नाग से जोड़े थोनों दिखाए है इन्हों आपकी तसली के नाल आके पशु खरीद सकते हो। धन्यवाद दोस्तों वीडियो देखने लिए।